ਸੰਤ ਬਾਬਾ ਹਰਨਾਮ ਸਿੰਘ ਜੀ ਦਾ ਇੱਕ ਪ੍ਰੇਮੀ ਜਲੰਧਰ ਸ਼ਾਉਣੀ ਦੇ ਨੇੜੇ ਪਿੰਡ ਵਿੱਚ ਰਹਿੰਦਾ ਸੀ ਉਸ ਗੁਰਮਖ ਨੇ ਆਪਣੀ ਬੱਚੀ ਦਾ ਰਿਸ਼ਤਾ ਮਾਇਆ ਧਾਰੀ ਘਰ ਵਿੱਚ ਕੀਤਾ ਲੈਨ ਦੇਨ ਦੀ ਗੱਲ ਤੈ ਹੋ ਗਈ ਫਿਰ ਪ੍ਰਸ਼ਾਦੇ ਦੀ ਗੱਲ ਚੱਲੀ ਮੁੰਡੇ ਵਾਲਿਆਂ ਨੇ ਮਾਸ ਤੇ ਸ਼ਰਾਬ ਦੀ ਮੰਗ ਕੀਤੀ ਇਸ ਪ੍ਰੇਮੀ ਨੇ ਪਹਿਲਾਂ ਤਾਂ ਥੋੜਾ ਸਮਾਂ ਨਾ ਨੁਕਰ ਕੀਤੀ ਫਿਰ ਮਨ ਵਿੱਚ ਖਿਆਲ ਆਇਆ ਜੇ ਮੁੰਡੇ ਵਾਲਿਆਂ ਦੀ ਇੱਛਾ ਪੂਰੀ ਨਾ ਕੀਤੀ ਤੇ ਕਿਤੇ ਰਿਸ਼ਤੇ ਵਾਸਤੇ ਨਾ ਨਾ ਕਰ ਦੇਣ ਇਹ ਮਾਸ ਤੇ ਸ਼ਰਾਬ ਵਾਸਤੇ ਇੰਨੇ ਹਾਂ ਕਰ ਦਿੱਤੀ ਆਨੰਦ ਕਾਰਜ ਦੇ ਦਿਨ ਨੇੜੇ ਆਉਂਦੀ ਗਈ ਇਹ ਪ੍ਰੇਮੀ ਸੱਦਾ ਦੇਣ ਵਾਸਤੇ ਸੰਤ ਬਾਬਾ ਹਰਨਾਮ ਸਿੰਘ ਜੀ ਪਾਸ ਪੁਜਾ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਰਿਸ਼ਤਾ ਕਿੱਥੇ ਕੀਤਾ ਹੈ ਦਸ ਸਨ ਉਪਰੰਤ ਚਲਦੀ ਗੱਲ ਵਿੱਚ ਉਸ ਪ੍ਰੇਮੀ ਨੇ ਦੱਸ ਦਿੱਤਾ ਮੁੰਡੇ ਵਾਲਿਆਂ ਦੇ ਪ੍ਰਭਾਵ ਹੀਟ ਆ ਕੇ ਮੈਂ ਮਾਸ ਤੇ ਸ਼ਰਾਬ ਵਾਸਤੇ ਵੀ ਹਾਂ ਕਰ ਦਿੱਤੀ। ਬਾਬਾ ਜੀ ਸਾਰੀ ਗੱਲਬਾਤ ਸੁਣ ਕੇ ਕਹਿਣ ਲੱਗੇ ਭਲਿਆ ਲੋਕਾ ਕੁੜਮਾ ਦੇ ਪ੍ਰਭਾਵ ਦੀਨ ਆ ਕੇ ਗੁਰੂ ਨੂੰ ਪਿੱਠ ਦੇ ਦਿੱਤੀ ਇਹ ਚੰਗੀ ਗੱਲ ਨਹੀਂ। ਗੁਰੂ ਦੀ ਨਾਰਾਜ਼ਗੀ ਲੈ ਕੇ ਆਪਾਂ ਕੀ ਖਟਾਂਗੇ? ਬੱਚਿਆਂ ਦੇ ਵਿਆਹ ਨੂੰ ਸਿਆਣੇ ਲੋਕ ਪੁੰਨ ਕਰਨਾ ਸਮਝਦੇ ਨੇ ਇੱਕ ਪਾਸੇ ਤੁਸੀਂ ਪੁੰਨ ਕਰੋਗੇ ਦੂਜੇ ਪਾਸੇ ਪਤਾ ਨਹੀਂ ਕਿੰਨੇ ਜੀਵਾਂ ਦੀ ਹੱਤਿਆ ਹੋਵੇਗੀ ਉਹ ਵੀ ਉਹ ਕੁਝ ਸਮਾਂ ਜੀਵ ਦੇ ਸਵਾਦ ਦੇ ਵਾਸਤੇ ਬਾਬਾ ਕਬੀਰ ਜੀ ਦਾ ਬਚਨ ਤੈਨੂੰ ਯਾਦ ਨਹੀਂ ਆਇਆ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੀ ਜਵਾਬ ਖੁਦਾਈ ਦਫਤਰ ਲੇਖਾ ਨੀਕ ਸੈ ਮਾਰ ਮੋਹ ਮੋਹ ਖਾਈ ਇਸ ਉਪਰੰਤ ਲੜਕੀ ਤੇ ਆਪਣੇ ਘਰ ਚਲੀ ਜਾਵੇਗੀ ਇਹਨਾਂ ਦੀ ਜੀਵਾਂ ਦੀ ਹੱਤਿਆ ਦਾ ਭਾਗੀ ਕੌਣ ਬਣੇਗਾ ਯਾਦ ਰੱਖਣਾ ਇਹਨਾਂ ਜੀਵਾਂ ਦੀ ਹੱਤਿਆ ਦਾ ਲੇਖਾ ਇਥੀ ਅਤੇ ਅੱਗੇ ਤੈਨੂੰ ਦੇਣਾ ਪਵੇਗਾ ਜੇ ਬੱਚੀ ਦਾ ਰਿਸ਼ਤਾ ਉਸ ਘਰ ਲਿਖਿਆ ਤੇ ਉਥੇ ਹੀ ਹੋਵੇਗਾ ਸ਼ਰਾਬ ਤੇ ਮਾਸਦੀਨ ਨਾਲ ਨਾ ਰਿਸ਼ਤਾ ਝੜ ਜਾਣਾ ਤੇ ਨਾ ਰਿਸ਼ਤਾ ਟੁੱਟ ਜਾਣਾ ਹੈ ਜੇ ਗੁਰਸਿੱਖ ਹੋ ਕੇ ਇਹੋ ਜੇ ਆਪਾਂ ਕੰਮ ਕਰਾਂਗੇ ਤਾਂ ਲੋਕ ਪ੍ਰਹਲੋਕ ਵਿੱਚ ਤੱਕੇ ਪੈਣਗੇ ਜਿਹੜਾ ਦਿਖਾਵੇ ਵਿੱਚ ਹੋਰ ਤੇ ਕਰਨੀ ਵਿੱਚ ਹੋਰ ਹੋਵੇ ਗੁਰੂ ਮਹਾਰਾਜ ਦੇ ਦਰ ਉੱਤੇ ਪਰਮਾਨ ਨਹੀਂ ਅਜੇ ਵੀ ਸਮਾਂ ਵਿਚਾਰ ਕਰ ਲਵੋ ਉਹ ਪ੍ਰੇਮੀ ਨਿੰਮੋ ਚੂਣਾ ਹੋਇਆ ਬਾਬਾ ਜੀ ਦੇ ਬਚਨ ਸੁਣੀ ਗਿਆ ਤੇ ਜਾਨ ਲਗਾ ਬਾਬਾ ਜੀ ਨੂੰ ਆਨੰਦ ਕਾਰਜ ਵਿੱਚ ਸ਼ਾਮਲ ਹੋਣ ਲਈ ਬੇਨਤੀ ਕਰਕੇ ਗਿਆ ਬਾਬਾ ਜੀ ਨੇ ਉਹ ਪ੍ਰੇਮੀ ਨੂੰ ਉਤਰ ਦਿੱਤਾ ਜਿੱਥੇ ਜੀਵ ਦੇ ਸਵਾਦ ਲਈ ਜੀਵਾਂ ਦੀ ਹੱਤਿਆ ਹੋਣੀ ਉੱਥੇ ਸਾਡਾ ਸ਼ਾਮਲ ਹੋਣਾ ਮੁਸ਼ਕਲ ਹੈ ਵਿਆਪ ਵਾਲੇ ਦਿਨ ਇੱਕ ਪਾਸੇ ਸਤਗੁਰੂ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਆਨੰਦ ਕਾਰਜ ਹੋ ਰਹੇ ਨੇ ਦੂਜੇ ਪਾਸੇ ਜੀਵ ਦੇ ਸਵਾਦ ਦੇ ਵਾਸਤੇ ਮੈਂ ਮੈਂ ਕਰਦੇ ਲੀਲੀ ਵੱਜੇ ਹੋਈ ਨੇ ਕਿਸੇ ਦੀ ਜੀਵ ਦਾ ਸਵਾਦ ਬਣ ਲਈ ਆਪਣੇ ਅੰਤ ਦੀ ਉਡੀਕ ਕਰ ਰਹੇ ਨੇ ਸ਼ਾਮ ਤੱਕ ਸਾਰੇ ਖਾ ਪੀ ਕੇ ਆਪੋ ਆਪਣੇ ਘਰ ਪਹੁੰਚ ਗਏ ਲੜਕੀ ਆਪਣੇ ਘਰ ਚਲੀ ਗਈ ਸਰਦਾਰ ਜੀ ਤੀਜੇ ਦਿਨ ਜਲੰਧਰ ਸ਼ਾਉਣੀ ਕਿਸੇ ਕੰਮ ਕਰਕੇ ਸਕੂਟਰ ਤੇ ਗਏ ਤੇ ਸਕੂਟਰ ਦਾ ਐਕਸੀਡੈਂਟ ਹੋ ਗਿਆ ਚੂਲਾ ਟੁੱਟ ਗਿਆ ਹਾਏ ਹਾਏ ਕਰਦੇ ਨੂੰ ਕੁਝ ਜਾਨ ਨੂੰ ਸੱਜਣਾ ਨਿਕਾਰ ਵਿੱਚ ਪਾ ਕੇ ਹਸਪਤਾਲ ਲੈ ਗਈ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਇਥੇ ਇਹ ਠੀਕ ਨਹੀਂ ਹੋ ਸਕਦਾ ਚੂਲੇ ਦਾ ਆਪਰੇਸ਼ਨ ਕਰਕੇ ਵਿੱਚ ਸਟੀਲ ਦੀ ਰਾਡ ਪਵੇਗੀ ਘਰ ਵਾਲਿਆਂ ਨੇ ਜੋਰ ਪਾਇਆ ਜਦੋਂ ਥੋੜਾ ਦਰਦ ਘਟ ਜਾਵੇਗਾ ਅਸੀਂ ਇਸ ਨੂੰ ਵੱਡੇ ਹਸਪਤਾਲ ਲੈ ਜਾਵਾਂਗੇ ਡਾਕਟਰਾਂ ਨੇ ਪੈਰ ਨਾਲ ਭਾਰ ਬਨ ਕੇ ਮੰਜੇ ਉੱਤੇ ਆਰਾਮ ਕਰਨ ਵਾਸਤੇ ਪਾ ਦਿੱਤਾ ਪੰਜ ਛੇ ਦਿਨ ਅੱਧ ਦੇ ਦੁੱਖ ਵਿੱਚ ਚੀਕਾਂ ਪੁਕਾਰਾਂ ਕਰਦਿਆਂ ਲੰਗੀ ਜੋ ਵੀ ਸੱਜਣ ਪਤਾ ਲੈਣ ਵਾਸਤੇ ਜਾਂਦਾ ਤੇ ਚਿੰਕਾ ਚੀਕਾਂ ਸੁਣ ਕੇ ਉਸ ਦਾ ਦਿਲ ਕੰਬਣ ਲੱਗ ਪੈਂਦਾ ਘਰ ਵਾਲਿਆ ਨੇ ਵੱਡੇ ਹਸਪਤਾਲ ਜਾਣ ਦੀ ਥਾਂ ਕਿਸੇ ਦੇਸੀ ਸਿਆਣੇ ਦੇ ਕੋਲ ਲੈ ਗਏ ਤਿੰਨ ਮਹੀਨੇ ਆਤ ਦੇ ਦੁੱਖ ਵਿੱਚ ਲੰਗੇ ਸਾਰੀ ਕਿਰਿਆ ਮੰਝੇ ਉੱਤੇ ਹੁੰਦੀ ਚੌਥੇ ਦਿਨ ਮੰਝੇ ਤੇ ਬੈਠਣ ਲੱਗ ਪਿਆ ਫਿਰ ਜਦੋਂ ਘਰ ਵਿੱਚ ਕੋਈ ਸੱਜਣ ਇਹਦਾ ਪਤਾ ਲੈਣ ਵਾਸਤੇ ਆਉਂਦਾ ਤੇ ਇੰਨੀ ਕਹਿਣਾ ਕੁੜਮਾ ਨੂੰ ਖੁਸ਼ ਕਰਨ ਵਾਸਤੇ ਮੈਂ ਜੀਵ ਹਤਿਆ ਕੀਤੀ ਜਿਸ ਦੇ ਫਲ ਕਰਕੇ ਮੈਨੂੰ ਦੁੱਖ ਭੋਗਣਾ ਪੈ ਰਿਹਾ ਹੈ ਜਦੋਂ ਬਹੁਤੀ ਤਕਲੀਫ ਵਿੱਚ ਸੀ ਇਹਨੇ ਬਾਬਾ ਜੀ ਨੂੰ ਵੀ ਸਨੇਹਾ ਭੇਜਿਆ ਸੀ ਮੈਂ ਤੁਹਾਡਾ ਬਚਨ ਨਹੀਂ ਮੰਨਿਆ ਬੜਾ ਦੁੱਖ ਭੋਗ ਰਿਹਾ ਹਾਂ ਮੈਨੂੰ ਕਿਰਪਾ ਕਰਕੇ ਦਰਸ਼ਨ ਬਖਸ਼ੋ ਮਾਪੁਰਖਾਂ ਦਾ ਸੁਭਾਅ ਦਿਆਲੂ ਹੁੰਦਾ ਹੈ ਬਾਬਾ ਜੀ ਚਲੇ ਆਏ ਬਾਬਾ ਜੀ ਦੀ ਜਾਨ ਉੱਤੇ ਇਹ ਪ੍ਰੇਮੀ ਰੋ ਰੋ ਕੇ ਮਾਫੀ ਮੰਗਣ ਲੱਗਾ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਬਖਸ਼ ਦਿਓ ਬਾਬਾ ਜੀ ਸੁਣ ਕੇ ਕਹਿਣ ਲੱਗੇ ਤੁਹਾਨੂੰ ਭਲੇਖਾ ਹੈ ਬਖਸ਼ਣਹਾਰ ਤੇ ਉਹ ਗੁਰੂ ਮਾਲਕ ਹੈ ਉਸ ਮਾਲਕ ਅੱਗੇ ਆਪਣੀ ਗਲਤੀ ਮੰਨ ਕੇ ਖੀਮਾ ਮੰਗੋ ਜਿਨ੍ਹਾਂ ਦੀ ਖਾਤਰ ਤੁਸੀਂ ਪਾਪ ਕੀਤੇ ਨੇ ਉਹ ਤੁਹਾਡੇ ਦੁੱਖ ਵਿੱਚ ਕੀ ਭਾਈਵਾਲ ਬਣ ਕੇ ਦੁੱਖ ਵੰਡਾ ਰਹੇ ਨੇ ਉਹ ਤੇ ਖਾ ਪੀ ਕੇ ਆਪੋ ਆਪਣੇ ਘਰੇ ਚਲੇ ਗਏ ਨੇ ਦੁੱਖ ਤੁਹਾਨੂੰ ਭੁਗਣਾ ਪੈ ਰਿਹਾ ਹੈ ਸਤ ਗੁਰੂ ਜੀ ਮਹਾਰਾਜ ਦੇ ਫਰਮਾਨ ਹੈ ਇਹ ਕਰ ਕਰੀ ਸੁ ਇਹ ਕਰ ਪਾਈ ਕੋਈ ਨਾ ਪਕੜੀਏ ਕਿਸੇ ਥਾਈ ਸੁ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਇਸ ਸੰਸਾਰ ਵਿੱਚ ਜੀਵਨ ਯਾਤਰਾ ਵਿੱਚ ਵਿਚਰਦੇ ਕਈ ਐਸੀ ਸਮੇ ਆ ਜਾਂਦੇ ਨੇ ਜਿਸ ਵੇਲੇ ਸਤ ਗੁਰੂ ਜੀ ਮਹਾਰਾਜ ਦੇ ਹੁਕਮ ਤੋਂ ਪਰੇ ਹੋ ਕਰਕੇ ਪਾਪ ਕਰ ਲੈਂਦੇ ਜਿਸ ਕਰਕੇ ਸਾਨੂੰ ਇਸ ਲੋਕ ਵਿੱਚ ਦੁੱਖ ਤੇ ਪ੍ਰਲੋਕ ਵਿੱਚ ਪਾਪਾਂ ਦੇ ਭਾਗੀ ਬਣ ਕੇ ਦੁੱਖ ਭੋਗਨੇ ਪੈਂਦੇ ਨੇ ਸਤਿਗੁਰੂ ਜੀ ਮਹਾਰਾਜ ਦਾ ਪ੍ਰਮਾਨ ਹੈ ਮੰਦਾ ਚੰਗਾ ਆਪਣਾ ਅਪੇ ਹੀ ਕੀਤਾ ਭਾਵਨਾ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜਾ ਅੱਗੇ ਜਾਵਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ